ਸੋ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿਹੜੇ ਕੁੜੀਆਂ ਦੇ MMS ਲੀਕ ਹੋਏ ਨੇ ਉਹਨਾਂ ਦੋਨਾਂ ਮੁੱਖ ਦੋਸ਼ੀਆਂ ਦੇ ਉੱਤੇ ਜਿਹੜਾ FIR ਉਹ ਦਰਜ ਹੋ ਚੁੱਕੀ ਆ ਕੁੜੀ ਉੱਪਰ ਵੀ ਜਿਹੜਾ FIR ਦਰਜ ਹੋ ਚੁੱਕੀ ਆ ਤੇ ਮੁੰਡੇ ਉੱਪਰ ਵੀ ਮੁੰਡੇ ਨੂੰ ਵੀ ਸ਼ਿਮਲੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਆ ਤੇ MMS ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਕੁਝ ਇੱਕ ਇੱਥੇ ਵੀਡੀਓਜ਼ ਨਿਕਲ ਕੇ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਦੱਸਿਆ ਜਾ ਰਿਹਾ ਕਿ ਇਹ ਉਹੀ MMS ਨੇ ਜਿਹੜੇ ਉਸ ਕੁੜੀ ਦੁਆਰਾ ਬਣਾਏ ਗਏ ਨੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਕਿ ਇਹ ਉਹੀ ਵੀਡੀਓਜ਼ ਨੇ ਸੋ ਜੇ ਇਹ ਵੀਡੀਓ ਦੇ ਲਿੰਕ ਕਿਸੇ ਕੋਲ ਚਲੇ ਗਏ ਨੇ ਜਾਂ ਕਿਸੇ ਕੋਲ ਹੈ ਤੇ ਉਹ ਇਹਨਾਂ ਵੀਡੀਓ ਨੂੰ ਅੱਗੇ ਸ਼ੇਅਰ ਨਾ ਕਰੋ ਇਹੀ ਤੁਹਾਡੇ ਅੱਗੇ ਰਿਕਵੈਸਟ ਹੈ ਕਿਉਂਕਿ ਹਰ ਇੱਕ ਕੁੜੀ ਦੀ ਇੱਜ਼ਤ ਬਹੁਤ ਵੱਡੀ ਚੀਜ਼ ਹੁੰਦੀ ਆ ਸੋ ਆਪਣੀਆਂ ਧੀਆਂ ਪੇੜਾਂ ਨੇ ਇਹਨਾਂ ਦੀ ਜਿਹੜੀ ਵੀਡੀਓ ਚਾਹੇ ਤੇ ਉਹਨਾਂ ਨੂੰ ਡਿਲੀਟ ਕਰ ਦਿਓ ਮੋਬਾਈਲ ਦੇ ਵਿੱਚੋਂ ਜੇ ਲਿੰਕ ਆ ਵੀ ਰਹਿਣ ਤੁਹਾਡੇ ਕੋਲ ਜਾਂ ਫਿਰ ਅੱਗੇ ਸ਼ੇਅਰ ਨਾ ਕਰੋ ਸੋ ਇਹਨਾਂ ਸੀਗਾ ਵੀਡੀਓ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ